ਹਾਂਜੀ ਮੁੰਡਿਓ, ਆ ਗਏ ਹਾਂ ਜੀ ਇੱਕ ਹੋਰ ਨਵੀਂ ਫਾਰਮਿੰਗ ਦੀ ਵੀਡੀਓ ਲੈ ਕੇ। ਅਤੇ ਜਿਵੇਂ ਤੁਸੀਂ ਪੁਰਾਣੀ ਵੀਡੀਓ 'ਚ ਦੇਖਿਆ, ਹੁਣ ਆਪਾਂ ਨੇ ਚਾਰ ਨਾਟਕਾਂ ਨਾਲ ਮੋਡੀਫਾਈ ਕਰਵਾਏ ਸੀ ਅਤੇ ਅੱਜ ਆਪਾਂ ਖੇਡਣ ਲੱਗੇ ਹਾਂ ਜੀ ਮਲਟੀਪਲੇਅਰ ਗੇਮ ਪਲੇ। ਆਪਾਂ ਇਹਨਾਂ ਰਵਿੰਦਰ ਧਰਮਪ੍ਰੀਤ ਅਤੇ ਸਿੱਧੂ ਹੋਣੀ ਸਿਰੇ ਦੇ ਚੌਬਰ ਪਲੇਅਰ ਆਪਣੇ ਨਾਲ ਨੇ ਅੱਜ ਮੁੰਡਿਓ। ਅਤੇ ਅੱਜ ਇਸ ਦੀ ਵੀਡੀਓ ਦੇ ਵਿੱਚ ਜਿਹੜਾ ਆਪਾਂ ਅਸੀਂ ਕੰਮ ਕਰਨ ਲੱਗੇ ਹਾਂ, ਆਪਣਾ ਜਿਹੜਾ ਫਾਰਮ ਸੀਗਾ, ਆਪਾਂ ਇਹਦੇ ਵਿੱਚ ਅੱਜ ਆਪਾਂ ਗਰਾਸ ਕੱਟ ਕੇ ਉਹਨਾਂ ਦੀ ਬੇਲਸ ਬਣਾਉਣੀਆਂ ਨੇ ਅਤੇ ਹਾਸੀਆਂ ਖੇਡੀਆਂ ਵੀਡੀਓ ਦੇ ਵਿੱਚ ਪੂਰੀਆਂ ਦੱਬ ਗਏ ਨੇ। ਅਤੇ ਵੀਡੀਓ ਪੂਰੀ ਦੇਖਣੀ ਹੈ ਵੀਰੇ, ਅਤੇ ਕਰਦੇ ਹਾਂ ਜੀ ਵੀਡੀਓ ਸਟੂਡੀਓ ਸਟਾਰਟ। 3300 ਹੀ ਰਹਿ ਗਿਆ 3400 ਹੀ ਰਹਿ ਗਿਆ ਆਪਣੇ ਕੋਲੇ। 3400 ਰੁਪਇਆ ਰਹਿ ਗਿਆ। ਹੋਰ ਲੈ ਲਿਆ ਕੋਈ ਨਵਾਂ? ਅੱਛਾ ਬਣਾਉਣ ਵਾਲਾ। ਜੈੱਟ ਬਲੈਕ ਟ੍ਰੈਕਟਰ ਸਿੱਧੂ ਵੱਲ ਨੂੰ ਆਣ ਡਿਆ। ਜੈੱਟ ਬਲੈਕ ਟ੍ਰੈਕਟਰ ਚਾਰ ਪੌਣ ਹੀ ਲੱਗਣਾ ਆਪਾਂ ਦੋ ਬੰਦੇ। ਜਿਹੜਾ ਬੰਦਾ ਮਸ਼ੀਨ ਤੇ ਬਹਿ ਗਿਆ ਬਹਿ ਗਿਆ। ਮੈਂ ਤਾਂ ਪਹਿਲੀ ਬਹਿ ਗਿਆ ਬਸ, ਆ ਤਾਂ ਪਹਿਲੀ ਬੈਠਾ ਮੈਂ ਮਸ਼ੀਨ ਤੇ ਯਾਰ। ਐ ਤਾਂ ਨਾ ਕਰੋ ਯਾਰ, ਮਸ਼ੀਨ ਤੇ ਬਿਠਾਈ ਰੱਖੇ ਬਟਨ ਨਾ ਲਾ ਕੇ ਦੀ। ਹਜੇ ਪਹਿਲੀ ਵੀ ਤਾਂ ਚਾਹੀਦੀ ਹੋਊਗੀ ਕਿ ਲੋੜ ਹੀ ਨਹੀਂ ਹੈਗੀ? ਮਾਲੀ ਵੀ ਚਾਹੀਦੀ ਹੈ। ਹਾਂਜੀ, ਕਿਉਂ ਨਹੀਂ ਵੱਢਣਾ? ਜੱਟ ਜੰਨੇ ਟ੍ਰੈਲੀ ਜੋੜ ਨਹੀਂ ਤਾਂ ਹੈਗਾ ਯਾਰ। ਕਰ ਲੈ ਬਈ ਬੋਲ ਗੱਲ ਆ ਬਾਬੇ ਦੇ। ਉਹ ਹਰਾ ਦਾ ਹੋਇਆ ਤਾਂ ਉਹ ਮੈਂ ਲਿਆਉਣਾ। ਇੱਕ ਕੰਮ ਕਰੋ, ਹੁਣ ਪਹਿਲਾਂ ਮੈਂ ਦੱਸੋ ਵੀ ਘਾਹ ਕਰਨ, ਇਹ ਘਾਹ ਦਾ ਨਿਬੇੜਨਾ ਕਿ ਪਹਿਲਾਂ ਉਹ ਕਰਨਾ? ਕੋਈ ਨਹੀਂ ਆ ਦੂੰਗਾ, ਅਚਾਰ ਦਾ ਨਿਬੇੜਦਾ ਕਿ ਘਾਹ ਦਾ ਨਿਬੇੜਨਾ। ਸਹੀ ਗੱਲ ਹੈ। ਜੀ ਦੱਸੋ, ਇੱਕ ਕੰਮ ਦੱਸੋ ਯਾਰ, ਪਹਿਲਾਂ ਘਾਹ ਦਾ ਨਿਬੇੜਨਾ ਕਿ ਆ ਕਿਹੜਾ ਆ ਗਿਆ ਹੁਣ? ਇਹ ਆ ਗਏ ਕਹਿੰਦੇ ਚੋਬਰ ਆ ਗਏ, ਨਵੀਂ ਨਵੀਂ ਗੇਮ ਵਾਲੇ ਆ ਗਏ ਕਹਿੰਦੇ, ਨਵੀਂ ਨਵੀਂ ਗੇਮ ਵਾਲੇ ਉੱਪਰ ਤੱਤਾ ਪੈਸਾ ਲਾਇਆ ਹੋਇਆ ਕਹਿੰਦੇ। ਹੈਂ ਰਿਟਰਨ ਹੋਣੀ ਨਹੀਂ ਨਾ, ਹੁਣ ਤਾਂ ਤੂੰ ਭੁੱਲ ਯਾਰ ਰਿਟਰਨ ਦਾ ਭਰਾਵਾ, ਭੁੱਲਣਾ ਹੀ ਤਾਂ ਡਾਉਂਦਾ ਸੀਗਾ। ਬਾਬੇ ਛੇਤੀ ਦੱਸੋ ਯਾਰ ਕੀ ਕਰਨਾ ਹੈ। ਮੈਂ ਟ੍ਰੈਕਟਰ ਘੁਮਾ ਘੁਮਾ ਤੇਲ ਫੂਕੀ ਜਾਂਦਾ ਯਾਰ। ਮੈਂ ਉਹ ਕਰ ਲਾ, ਉਹ ਜਿਹੜਾ ਉਹਦੇ ਧਰਮਪ੍ਰੀਤ ਆ ਗਿਆ। ਧਰਮਪ੍ਰੀਤ ਮਾਰੋ ਇਹ ਆ ਹੇ ਜਿਹਾ ਟ੍ਰੈਕਟਰ ਤੋਂ ਉੱਤਰ ਕੇ ਨਾ ਜਾ। ਮੇਰੇ ਵਾਲਾ ਟ੍ਰੈਕਟਰ ਕਿਹੜੇ ਕੋਲ ਆ ਯਾਰ? ਉੱਤਰੋ ਯਾਰ, ਮੈਂ ਰਵਿੰਦਰ ਨੂੰ ਦੇ ਦਵਾਂ ਯਾਰ। ਜਦੋਂ ਬੱਕਣ ਦੇ ਨੇੜੇ ਹੋ ਗਈ ਉਦੋਂ ਬਣਾਉਣੀਆਂ ਦੀ ਉਹ। ₹71,000 ਦਾ ਦੁੱਧ ਵੇਚਤਾ ਮੁੰਡੇ ਨੇ। ਚੈੱਕ ਕਰੋ ਕਹਿੰਦੇ, ਚੈੱਕ ਕਰੋ ਕਹਿੰਦੇ ਟ੍ਰੈਲੀ ਜੋੜ ਕੇ ਤਾਂ ਕੁਛ ਕਰਨਾ ਹੀ ਨੀ ਹਜੇ, ਤਾਂ ਫਿਰ ਮੈਂ ਕੀ ਕਰਾਂ ਯਾਰ, ਸਮਝ ਨੀ ਆਉਂਦਾ। ਜੀ ਬੋਲੀ ਉੱਚੀ ਬੋਲਦਾ ਨਾ ਗੇਮ ਖੜ ਜਾਂਦੀ ਹੈ ਮੇਰੀ। ਜੱਜੀ ਮਿਊਟ ਤੇ ਰਹਿ ਬੁੱਗੇ ਤੂੰ, ਡਰ ਹੀ ਜਾਂਦਾ ਯਾਰ। ਮੇਰਾ ਟ੍ਰੈਕਟਰ ਛੱਡੋ ਯਾਰ, ਕੀ ਤੇ ਨੀਚੇ ਆ ਗਿਆ ਮੇਰੇ ਕੋਲ ਤਾਂ ਨਹੀਂ ਹੈਗਾ ਸਤਾਦਾ ਯਾਰ। ਟ੍ਰੈਕਟਰ ਦਾ ਇਹ ਫਿਰ ਗੇ ਇੰਨੇ ਲੱਛਣ ਨਾ ਕਰਿਆ ਕਰੋ, ਜੇ ਵਰਤੀ ਜਾਂਦਾ ਹੁੰਦਾ ਬੰਦਾ ਫਿਰ ਰੋ ਜਾਣਾ ਯਾਰ। ਤੇ ਤੂੰ ਯਾਰ ਆ ਫੜਿਆ ਰਿਕਾਰਡ ਮਿੱਟ ਜਾ ਜਿਹੜਾ ਮੈਂ ਲੱਭੀ ਜਾਂਦਾ। ਇਹ ਮੇਰਾ ਹੀ ਇਹ ਚੱਲ ਕਹਿੰਦੇ ਕਿਆ ਬਾਤ ਕਰ ਰਹੇ ਯਾਰ ਤੂੰ ਮੇਰਾ, ਮੈਂ ਆਪਦਾ ਟ੍ਰੈਕਟਰ ਵਰਤ ਰਿਹਾ ਵਰਤ ਰਿਹਾ ਕਰਨਾ ਕੀ ਆ ਪਹਿਲਾਂ ਦੱਸੋ, ਚਾਰ ਪਾਉਣਾ ਕਿ ਪਹਿਲਾਂ ਘਾਹ ਵਾਲਾ ਕੰਮ ਨਿਬੇੜਨਾ ਦੱਸ ਦਿਓ ਬਸ।
ਬਈ ਯਾਰ ਜਿਹੜਾ ਮੇਰੇ ਤਾਂ ਜਿਹੜਾ ਮੂਹਰੇ ਖੜਾ ਹੁੰਦਾ ਮੈਂ ਤਾਂ ਉਹੀ ਵਰਤ ਲੈਂਦਾ ਜੋ ਕੰਮ ਧੰਦਾ ਕਰਨਾ। ਮੈਂ ਵਿਚਾਰਾ ਯਾਰ ਉਹ ਲੈ ਮੁੰਡੇ ਆ ਤਾਂ ਇਕੱਠਾ ਕਰੋ ਆ ਕੇ ਕਹਿੰਦੇ ਚੋਪਰ ਇਕੱਠਾ ਕਰਨ ਵਾਲਾ ਸਮਾਨ ਲੈ ਕੇ ਪਹੁੰਚ ਹੀ ਜਾਂਦੇ ਨੇ। ਜਾ ਜੋ ਜੀ ਆਪਦੇ ਟਰੈਕਟਰ ਤੋਂ ਦੁੱਧ ਵੇਚ ਕੇ ਆ ਜੋ ਹੁਣ ਉਸਤਾਦ ਉਹ ਕਰੀ ਯਾਰ ਕੀ ਕਰਾਂ ਚੋਬਰ ਹੁਣ ਲਿਆਏ ਨੇ ਟਰਨ ਆਨ ਕਰੀਏ ਕਿ ਨਾ ਕਰੀਏ ਹਜੇ ਬਸ ਇੰਨਾ ਕੀ ਹੁੰਦਾ ਕਮਾ ਕੇ ਲਈਏ ਨੂੰ ਸੈੱਟ ਜਾ ਕਰਕੇ ਮੜਾ ਇੱਕ ਜਾ ਕੇ ਵੇਖ ਲਾ ਯਾਰ ਵੇਖ ਲੈਣਾ ਬਈ ਮੈਂ ਨੈਟ ਤੇ ਵੀ ਵੇਖ ਲੈਣਾ ਮੌਕ ਗਿਆ ਬਸ ਇੰਨਾ ਹੀ ਹੁੰਦਾ ਯਾਰ ਛੇਤੀ ਛੇਤੀ ਲਾ ਬਾਬੇ ਗੇੜੇ ਯਾਰ ਓਏ ਕੀ ਨਾਮ ਹੈ ਤੇਰਾ ਰਵਿੰਦਰ ਕੀ ਕਰਾਂ ਯਾਰ ਫਿਰ ਮੈਂ ਸੁਪਰ ਮਾਰਕੀਟ ਚ ਆਪਣੇ ਬਾਰ ਚ ਹੀ ਆ ਨੇੜੇ ਤੈਨੂੰ ਦੁੱਧ ਵੇਚਣ ਦਾ ਨਹੀਂ ਪਤਾ ਕਿੱਥੇ ਵੇਚ ਉਹ ਇੱਕ ਟੈਂਕ ਹੋਰ ਭਰ ਗਿਆ ਬਾਬੇ ਬਾਬੇ ਨਜ਼ਾਰਾ ਹੀ ਆਇਆ ਪਿਆ ਓਏ ਚੌਂਤੀ ਸੌ ਲੱਖ ਤੇ ਬੰਦਾ ਹੋਊਗਾ ਦੁੱਧ ਦੀ ਕਮਾਈ ਦਾ ਅੰਦਾਜ਼ਾ ਨਹੀਂ ਹੋਇਆ ਹਿੜਨ ਨਹੀਂ ਹੈ ਨਾ ਵਿਚਾਰੇ ਦੀ 20,000 ਦੀ ਵੇਚੀ ਜਾਂਦੇ ਇਕੱਠਾ ਦੀਂਦਾ ਨਹੀਂ ਤੁਹਾਨੂੰ ਇਹ ਵੇਖਦਾ ਉਹ ਤੁਹਾਨੂੰ ਟਰਾਲੀਆਂ ਦੂਜੀਆਂ ਉਹ ਤੁਹਾਨੂੰ ਬਾਹਲੀਆਂ ਮਹਿਸੂਸ ਹੁੰਦੀਆਂ ਇੱਧਰੋਂ ਲੱਗੀ ਹੁਣ ਇਕੱਠਾ ਕਰਨ ਇੱਕੋ ਵਾਂ ਚ ਤਿੰਨੇ ਹੋਏ ਉਹ ਨਜ਼ਾਰਾ ਤਾਂ ਫਿਰ ਇਹੀ ਆਉਂਦਾ ਨਾ ਕਿਹੜਾ ਹੀ ਪਏ ਵਾਂ ਆਹ ਕਿਹੜਾ ਲੱਗ ਰਿਹਾ ਇਹ ਕਹਿੰਦੇ ਇਕੱਠਾ ਕਰਨ ਲੱਗ ਗਏ ਨੇ ਜੋਬਰ ਯਾਰ ਤੁਸੀਂ ਵੱਡੀਆਂ ਵੱਡੀਆਂ ਮਸ਼ੀਨਾਂ ਰੱਖੀਆਂ ਹੈ ਇੱਧਰ ਦੇਖ ਲਓ ਪੂਰੇ ਕਟਰ ਵਾਲ ਵੱਡੇ ਵੱਡੇ ਨੇ ਮਿੰਟੀ ਮਿੰਟੀ ਲਾ ਰਹੇ ਯਾਰ ਉਹ ਤਾਂ ਯਾਰ ਉੱਤੇ ਮਿਲਿਆ 50% ਆਫ ਤੇ ਆ ਲਿਆ ਓਏ ਰਵਿੰਦਰ ਓਏ ਅਸਲ ਬੋਲ ਬਈ ਓਏ ਉਹ ਮੈਸੀ ਦੀ ਮਸ਼ੀਨ ਆਈ ਆ ਉੱਤੇ ਚੈੱਕ ਕਰ ਓਏ ਵੇ ਮੈਂ ਤਾਂ ਨਾ ਖਰੀਦ ਲਈ ਮੈਸੀ ਦੀ ਮਸ਼ੀਨ ਨਹੀਂ ਲਈ ਖਾਣ ਨੂੰ ਪੈਸਾ ਨਹੀਂ ਹੈਗਾ 70,000 ਚ ਦੱਸ ਕੀ ਕੁਝ ਖਰੀਦੇਗਾ ਓਏ ਉਹਦੀ ਲੈਣੀ ਆ ਯਾਰ ਫੈਂਡਰ ਦੀ ਮਸ਼ੀਨ ਲੈਣੀ ਆ ਯਾਰ ਬਾਬੇ ਆਪਾਂ ਨੇ ਬਈ ਤੂੰ ਇੱਕ ਵਾਰੀ ਮੈਕਸੀ ਦੀ ਤਾਂ ਦੇਖ ਲਓ ਤੁਸੀਂ ਜਮਾਂ ਸੇਮ ਆ ਯਾਰ ਮੈਕਸੀ ਦੀ ਆਈਡਲ ਮਸ਼ੀਨ ਆਈ ਆ ਖਰੀਦ ਲੈਣੇ ਹੁਣੇ 2.5 ਲੱਖ ਜਿਵੇਂ ਪੂਰਾ ਕਰਨੇ ਆ ਮੈਨੂੰ ਇਹ ਦੱਸ ਦੇ ਬਸ ਮੈਂ ਉਹਦੇ ਖਰੀਦ ਲਵਾਂ ਜੇ ਪੂਰਾ ਹੋ ਗਿਆ ਫਿਰ ਖਰੀਦ ਲਾਂਗੇ ਹਾਂ ਫਿਰ ਤਾਂ ਖਰੀਦ ਲਵਾਂਗੇ ਜੋ ਦੇਣ ਹੀ ਟਪਾ ਦੇਗਾ ਉਦੋਂ ਪੈਸੇ ਪੂਰੇ ਕਰੇਗਾ ਤਾਂ ਦੇਣ ਟੱਪ ਕੇ ਤੋ ਵੀ ਜਾ ਲੋ ਜੀ ਉਹਨੇ ਕੀ ਦੇਣ ਫਿਰ ਪੈਸੇ ਕਿਵੇਂ ਕਮਾਏਗਾ ਜੱਜੀ ਯਾਰ ਕਿਆ ਬਾਤ ਕਰ ਰਹੇ ਯਾਰ ਤੂੰ ਤਾਂ ਯਾਰ ਆ ਬੇਟ ਕੇ ਆ ਯਾਰ ਦੋਸਤ ਮੈਂ ਥੋੜੀ ਵੇਚੀ ਦਾ ਯਾਰ ਫਿਰ ਆ ਕੁਛ ਤਾਂ ਕਰ ਖੇਤ ਚ ਆ ਜਾ ਫਿਰ ਆ ਮਾਰ ਆ ਇੱਧਰ ਆਉਂਦਾ ਓਏ ਦੁਆ ਓਏ ਟਰੈਕਟਰ ਨੂੰ ਬਗਲਾਉਣਾ ਹੁਣ ਮੈਂ ਇਸੇ ਇੰਨੇ ਕ ਕੰਮ ਲਈ ਪਹਿਲਾਂ ਟਰੈਕਟਰ ਲਾ ਕੇ ਜਾ ਓਏ ਇੱਕ ਵਾਰ ਤੂੰ ਓ ਚੰਗਾ ਟਰੈਕਟਰ ਦੇ ਦਾ ਮੇਰੇ ਵਾਲੇ ਤੇ ਛੇਤੀ ਕੀ ਕਰਤਾ ਹੁਣ ਛੇਤੀ ਆ ਪਟਾਤਾ ਹੁਣ ਇਹਨੇ ਹੋਰ ਕੀ ਕਰਿਆ ਨਾ ਇਹਨੂੰ ਹੋਰ ਕੋਈ ਕੰਮ ਨਹੀਂ ਹੈ ਹੋ ਹੀ ਜਾਂਦਾ ਉਹ ਬੇਸੁਰੇ ਨੂੰ ਯਾਰ ਟਰੈਕਟਰ ਦੇ ਪਿੱਛੇ ਉਹ ਪੈਂਦੀ ਆ ਡਾਲੀ ਉਹ ਹੀ ਨਹੀਂ ਪਾ ਕੇ ਉਹ ਕਰਨੀ ਆਉਂਦੀ ਉਹ ਯਾਰ ਟਰੈਕਟਰ ਲੈਣੀ ਜਾਂਦਾ ਪਿਆ ਇਹ ਉਹ ਤਾਂ
ਉਹ ਤਾਂ ਹੋ ਗਈ ਸੀ ਉਹ ਯਾਰ, ਇਹਦੇ ਚੱਲ ਬਸ ਤਾਂ ਦਾ ਨਹੀਂ ਪਾਈ ਹੈਗਾ ਵੀ ਕੰਮ ਸੀ, ਕੋਈ, ਇਹਨੂੰ ਕੋਈ ਐਸਾ ਕੰਮ ਦਿਓ ਜਿਹੜਾ ਇਹ ਕਰ ਸਕੇ। ਪਿਆ ਤਾਂ ਪਾਈ ਵੀ ਸੀ ਯਾਰ, ਇਹਦੇ ਥੱਲੇ ਨਹੀਂ ਜਾਂਦਾ ਇਹ, ਉਹ ਕੋਨੀ ਖੰਡ ਤੇਰਾ ਮੈਨੂੰ ਪਤਾ ਹੀ ਆ, ਐ ਬੰਦਿਆਂ ਨੂੰ ਖੇਡੀ ਦਿੰਦੀ ਆ ਯਾਰ। ਇੱਧਰ ਆਓ ਇੱਕ ਜਣਾ ਯਾਰ, ਐ ਨਾ ਕਰੋ। ਆ ਹੁਣੇ ਵੇਖੀ ਜਾਈ, ਇੱਥੇ ਹੀ ਖੜਾ ਤੂੰ। ਨਹੀਂ ਮੈਂ ਜਾ ਵੜਿਆ, ਮੈਂ ਉਧਰ ਵਗ ਗਿਆ। ਮੈਂ ਕੀ ਕਹਿਣਾ ਹੁੰਦਾ, ਮੈਂ ਕੀ ਕਿਹਾ ਸੀ ਸਿੱਧੇ ਤੈਨੂੰ, ਜਦੋਂ ਮੈਂ ਸਿਖਾਉਂਦਾ ਆਵਾਜ਼ ਮਾਰਦਾ ਵੀ ਪੂਰਾ ਐਂ ਚੱਜੂ ਨਾ, ਉਹਨੇ ਜੋ ਬੰਨੇ ਕੋਈ ਆਹ ਕਰ ਲੋ, ਜੋ ਬੰਨੇ ਕਿਹਾ ਕੋਈ ਆਹ ਕਰ ਲੋ, ਚੱਲ ਨਾ ਨਾ ਉਹ ਕੀ ਕਰਦਾ, ਚੱਲ ਕੋਈ ਨਹੀਂ ਕੋਈ ਨਹੀਂ, ਉਹ ਤਾਂ ਆਪੀ ਹੋ ਜੂਗਾ, ਕੋਈ ਚੱਕਰ ਨਹੀਂ, ਤੂੰ ਜਾ। ਸਬੂਤ ਆ, ਬੰਦਰ ਓਏ ਸਬੂਤ ਆ ਬਾਈ, ਸਬੂਤ ਆ ਤੇਰੇ ਬਾਈ ਕੋਲ। ਰਵਿੰਦਰ ਆ ਜਾ ਰਿਹਾ ਹੁਣ, ਮੈਂ ਤਾਂ ਉਹਦੀ ਆਵਾਜ਼ ਦਿੱਤੇ ਤੇ ਆ ਹੁਣ ਤੇਰਾ ਕਮੈਂਟ ਆ ਉੱਪਰ ਦਾ ਬਾਈ, ਮੇਰਾ ਨੈਟ ਖੜ ਗਿਆ, ਇਹਦੀ ਉੱਤਰ ਆ ਨੈਟ ਮੇਰਾ ਨਹੀਂ, ਨਹੀਂ ਸਾਰਿਆਂ ਦੇ ਖੜ ਰਿਹਾ ਕਿ ਨਾ ਬਾਬੇ। ਮਾੜਾ ਮੋਟਾ ਗੇਮ ਜੀ ਕਿਵੇਂ ਹੋ ਗਈ ਸੀ ਇਹ, ਹੋ ਜਾਂਦਾ ਮਾੜਾ ਮੋਟਾ ਤਾਂ, ਮਾੜਾ ਮੋਟਾ ਤਾਂ ਹੋ ਜਾਂਦਾ ਨਾ, ਫਿਰ ਅਜੇ ਧਰਨੇ ਵਾਲੇ ਏਰੀਏ ਚ ਨਹੀਂ ਜਾਣਾ ਬਾਈ ਆਪਣਾ। ਕਹਿੰਦੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਹੁਣ ਵੀ ਜ਼ੋਰ ਉਖਾਉਣ ਲੱਗ ਪਿਆ ਬਾਈ ਨੇ, ਸਮਝਿਆ ਹਜੇ ਹੁਣ ਰਵਿੰਦਰ ਛੱਡ ਯਾਰ ਉਹਨੂੰ, ਤੂਰੇ ਆ ਜਾ ਯਾਰ, ਆਉਣਾ ਹੀ ਪੈਣਾ। ਹੋਰ ਛੱਡ ਤੂੰ ਆਹ ਕਰ, ਤੂੰ ਆਪਣਾ ਆਹ ਤਾਂ ਨਬੇੜੀਏ, ਫਿਰ ਮੀਂਹ ਜਾ ਪੈ ਰਿਹਾ, ਫਿਰ ਚਾਰ ਪਾਵਾਂਗੇ। ਗਿੱਲਾ ਹੋ ਰਿਹਾ ਯਾਰ, 4000 ਵੀਆਂ ਵੀ ਉਹ ਕਰਾਂਗੇ, ਔਰਲੀ ਲਵਾਉਂਗੇ, ਔਰਲੀ 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 ਵਰਲੀ। ਚੋਬਰੋ ਯਾਰ ਬੜਾ ਪਿੱਛੇ ਰਹਿ ਗਏ ਯਾਰ, ਤੁਸੀਂ ਦਾ ਐਸਾ ਨਾ ਬੜਾ ਕੰਮ ਕਰ ਰਿਹਾ, ਮੈਂ ਇਹਦੇ ਕਰਕੇ ਇਹ ਤੋਂ ਬਿਨਾ ਮੈਂ ਅੱਗੇ ਨਹੀਂ ਨਾ ਜਾ ਸਕਦਾ, ਇਹ ਪੱਟੂ ਉਧਰ ਉਹਦਾ ਤੇ ਉਹਦੇ ਵਾਲੀ ਦੁੱਧ ਵਾਲੀ ਟੈਂਕੀ ਪਵਾਉਣ ਚਲੇ ਗਏ ਸੀ, ਮੈਨੂਅਲ ਅਟੈਚਮੈਂਟ ਹੈ ਨਾ ਤਾਂ ਕਰਕੇ ਮੈਨੂਅਲ। ਵੀਆਰ ਕਰਨ ਤੇ ਹੁਣ ਤਾਂ ਬਰੇ ਹੋ ਗਏ, ਕਿੱਥੇ ਜਾਈ ਜੂਈ ਜਾਂਦਾ ਨਹੀਂ ਯਾਰ, ਪਤਾ ਨਹੀਂ ਕਿੱਥੇ ਲੀਕਾਂ ਨੇ ਯਾਰ ਤਾਂ ਨਹੀਂ ਵੇਚ ਬਾਬੇ। ਜਦ ਆਪਾਂ ਜੁਆਇਨ ਕੀਤੀ ਸੀ ਤਾਂ ਨਾਲ ਦੀ ਨਾਲ 70,000 ਦੁੱਧ ਵੇਚਦੇ ਸੀ, ਤਾਂ 20,000 ਦੁੱਧ ਨਹੀਂ ਵੇਚੇ ਕੇ ਘਾਟਾ ਹੋ ਗਿਆ। ਠੀਕ ਹੈ ਗੱਲ, ਜੱਜੀ ਯਾਰ ਬੇਇੱਜ਼ਤੀ ਕਰਾ ਰਹੇ ਹੈ ਐਸਾ, ਮੈਂ ਤੂੰ ਕੀ ਕਰ ਰਹੇ ਹੈ ਮਾੜਾ ਜਾ ਏਦਾਂ ਕਹਿ ਕੇ ਦੇਖ ਲੋ, ਚਾਰ ਪਾਣ ਲੱਗੀ ਜਦੇ ਆਜੂ ਉੱਥੇ ਛੱਡ ਕੇ ਆਜੂ ਵੀ, ਜੇ ਕਹਿਤਾ ਵੀ ਚਾਰ ਪਾਣ ਲੱਗੇ ਹੁਣ ਚੈੱਕ ਕਰੋ, ਕਹਿੰਦਾ ਉਹ ਤੁਹਾਡੀ ਕਰ ਲੋ ਚੈੱਕ 14,000 ਹੀ। ਓਏ ਜੱਜੀ ਬਾਲੀ ਮਾੜੀ ਹੋਈ ਯਾਰ, ਘੰਟੇ ਵੀ 2 ਲਾਇਆ ਰੁਪਈਆ 14,000 ਹੀ ਕਮਾਇਆ, ਜਵਾਕ ਵੇਖ ਕੇ ਸਸਤਾ ਲਾਇਆ। ਓ ਯਾਰ ਲੁੱਟ ਲੈ ਲੁੱਟ ਲੈ ਯਾਰ ਜਵਾਕ ਦੇਖ ਕੇ ਤੈਨੂੰ ਤਾਂ, 1,000 ਦਾ ਤੇ ਤੇਲ, 2,000 ਦਾ ਤੇਲ ਭੁਗਤਾਉਣਾ ਤੇ ਜਦੋਂ ਤੂੰ ਘੁੰਮਣ ਗਿਆ, ਟੈਂਕਰ ਆ ਕਿੱਥੇ ਲਾਉਣਾ ਹੁਣ, ਵੇਚਿਆ ਨੂੰ ਜਾ ਕੇ ਜਿੱਥੋਂ ਲੱਗਿਆ ਉੱਥੇ ਲਾਉਣਾ, ਵੇਚਿਆ ਬਾਅਦ ਚੋਂ ਉਹ ਕਰਾਂਗੇ ਲਫਾਫੇ ਚ ਪਾਪਾ ਵੇਚੀ ਜਾਵਾਂਗੇ। ਟ੍ਰੈਕਟਰੀ ਫਸੀ ਜਾਂਦਾ ਯਾਰ, ਜੱਜੀ ਲਾਤਾ ਕੱਚੇ ਚ ਯਾਰ, ਜੱਜੀ ਨੂੰ ਯਾਰ ਮਸ਼ੀਨ ਦੋ ਯਾਰ, ਤੁਸੀਂ ਯਾਰ ਮਸ਼ੀਨ ਚ ਮਸ਼ੀਨ ਨਾਲ ਜੋੜ ਕੇ ਦੋ ਟੈਂਕ ਜਾ, ਜਿਸ ਜੇ 2 ਘੰਟੇ ਮੁੜ ਵੀ ਆਵੇ ਇਹ ਮਸ਼ੀਨ ਲੈ ਕੇ ਯਾਰ, ਆਈ ਆ ਟ੍ਰੈਕਟਰ ਤੇ
ਜੱਜੀ ਯਾਰ ਬਾਲਾ ਹੋ ਗਿਆ ਯਾਰ ਹੁਣ ਤੂੰ ਲਾ ਜਾਈ ਯਾਰ ਰੋਟੀ ਚੰਗਾ ਬੜੀ ਸ਼ਾਂਤੀ ਜੀ ਹੋ ਗਈ ਨਵੀਂ ਕਢਾਵਾਂਗੇ ਪੁਰਾਣੀ ਨੀ ਵੇਚਣੀ ਹੈ ਇਹ ਸਭ ਤੋਂ ਪਹਿਲੀ ਮਸ਼ੀਨ ਹੈ ਉਹ ਟੋੜ ਦੇਖ ਲਾ ਪਏ ਆ ਪਰ ਉਹਦਾ ਲੰਬਾ ਜਾਣਾ ਨੰਬਰ ਦਾ ਰਿਹਾ ਮਾਰਤਾ ਉਹ ਕੀ ਕੰਗੇ ਵਾਲਾ ਮਾਰਤਾ ਇਕੱਠਾ ਕਰਨ ਵਾਲਾ ਜਿਹੜੇ ਇਕੱਠਾ ਕਰਨ ਇਕੱਠਾ ਕਰਨ ਵਾਲਾ ਕਾਹੇ ਵਾਲਾ ਵੀ ਮਾਰਤਾ ਮਾਰੀ ਜਾਣੇ ਤੂੰ ਲਿਆ ਬਸ ਤੂੰ ਜੋ ਪਿੱਛੇ ਤਾਂ ਬਸੇਰੀ ਲੈਣਾ ਪਈਆਂ ਨੇ ਬਣਾਉਣ ਤਾਂ ਲੱਗੋ ਕਿਸੇ ਪਾਸੇ ਤੋਂ ਬਸ ਲੋੜ ਹੀ ਨਹੀਂ ਡੈਂਟ ਪਾਉਣੇ ਆ ਮੀਂਹ ਜਦੋਂ ਖੜਾ ਨਾ ਫਿਰ ਰੁਕ ਜਾ ਫਿਰ ਯਾਰ ਫਿਰ ਰੁਕ ਜਾ ਬਣਾ ਲੈ ਇਹਨੇ 5-7 ਬਿੱਲਾਂ 2-4 ਗੇੜੇ ਦੇ ਦੇ ਇਹਨੇ ਕਰ ਦੂੰਗਾ ਮੈਂ ਮੱਕੀ ਦਾ ਚਾਰ ਪਾ ਦੋ ਤੁਸੀਂ ਨਾ ਨਾ ਚਾਰ ਸਾਰੇ ਹੀ ਲੱਗ ਜਾਗੇ ਚਾਰ ਪਾਉਣਾ ਪਰ ਇਹ ਕਿਵੇਂ ਪਾਵਾਂਗੇ ਟਰਾਲੀ ਤੇ ਇੱਕ ਟਰਾਲੀਆਂ ਰੈਂਟ ਤੇ ਲੈ ਆਉਨੇ ਆ ਇੱਕ ਟਰਾਲੀ ਤੇ ਉਹ ਇੱਕ ਟਰਾਲੀ ਲੈ ਲਾਂਗੇ ਜੇ ਲੈਣੀ ਆ ਤਾਂ ਟਰਾਲੀ ਮੈਨੂੰ ਯਾਰ ਜੇ ਟਰਾਲੀ ਲੈਣੀ ਆ ਘੱਟ ਪੈਸਿਆਂ ਵਾਲੀ ਕਲਾਸ ਵਾਲੀ ਲੈ ਦੇ ਨਿੱਕੀ ਆ ਇਹਨੂੰ ਲੈ ਦੇ ਉਹ ਨਿੱਕੀ ਟਰਾਲੀ ਨਾਲੇ ਘੱਟ ਪੈਸੇ ਨਾਲੇ ਨਾਲ ਕਿਰਾਏ ਤੇ ਲੈ ਦੇ ਮੈਂ ਕਹਿੰਦਾ ਤਾਂ ਪਸਾ ਚ ਕਿਰਾਏ ਤੇ ਤਾਂ ਲੈਣਾ ਨਹੀਂ ਕੁਛ ਰੂਲ ਵੀ ਤਾਂ ਕਹਿੰਦੇ ਰੂਲ ਵੀ ਚੋਪੜਾ ਨੇ ਐਂਡ ਵਾਲੇ ਰੱਖ ਰੱਖੇ ਨੇ ਕਿਰਾਏ ਤੇ ਤਾਂ ਕੋਈ ਚੀਜ਼ ਲੈਣੀ ਹੀ ਨਹੀਂ ਕਹਿੰਦੇ ਲੈ ਲੈ ਯਾਰ ਆਪੇ ਹੀ ਲੈ ਲੈ ਜਿਹੜੀ ਲੈਣੀ ਫੇਰ ਤੂੰ ਕਹਿੰਗਾ ਉਹ ਨਹੀਂ ਲੈ ਪਹਿਲਾਂ ਆਵਾਜ਼ ਵਾਲਾ ਮਾਰ ਦਿਓ ਫੇਰ ਲਈ ਕਿਤੇ ਅੱਧ ਵਿਚਾਲੇ ਖੜਾ ਜੇ ਮੇਰਾ ਮੇਰਾ ਬਾਈ ਯਾਦ ਨਾਲ ਗੇੜੇ ਲਾਈ ਗਈ ਮੈਂ ਜੂਤ ਵੇਖੀ ਫਿਰ ਪੱਠੇ ਵਾ ਗੇੜੇ ਗੂੜਿਆਂ ਦੀ ਟੈਨਸ਼ਨ ਨਾ ਲੈ ਜੇ ਮੈਂ ਗੇਮ ਖੇਡੀ ਤਾਂ ਮੈਂ ਗੇੜੇ ਲਾ ਦੂੰਗਾ ਗੇਮ ਖੇਡੀ ਦਾ ਕੀ ਮਤਲਬ ਖੇਡਣੀ ਪੈਣੀ ਹੈ ਹੁਣ ਉਹ ਢੋਊਗਾ ਕੌਂਟਰੈਲੀ ਲੈ ਕੇ ਕਲਾਸ ਦੀ ਹਾਂ ਤਾਂ ਉਹ ਤਾਂ ਬੰਦਾ ਹੀ ਢੋ ਸਕਦਾ ਹੋਰ ਉਹਨੂੰ ਥੋੜ੍ਹੀ ਲਾ ਦਾਂ ਡਰਾਈਵਰ ਥੋੜ੍ਹਾ ਲਾ ਦਾਂਗੇ ਉਹਦੇ ਤੇ ਇੱਕ ਚੱਲ ਇੱਕ ਟਰੇਲੀ ਤੇ ਚੱਲ ਮੈਂ ਪਾ ਲੂੰਗਾ ਵੱਡੇ ਵਾਲੀ ਤਾਂ ਤੇ ਜਿਹੜੀ ਤੂੰ ਲੈ ਰਿਹਾ ਯਾਦ ਰੱਖੀ ਉਹਦੇ ਗੇੜੇ ਬਹੁਤ ਲੱਗਦੇ ਆ ਕਲਾਸ ਵਾਲੀ ਦੇ ਸਿੱਧੂ ਹੁਣੀ ਕਹਿੰਦੇ ਲੈਫਟ ਹੋ ਗਏ ਨੇ ਸਰਵਰ ਚੋਂ ਜੋਬਰ ਕਿੱਥੇ ਚਲੇ ਗਏ ਆ ਕੀ ਹੋ ਗਿਆ ਓਏ ਮੇਰੀ ਗੇਮ ਲੈਫਟ ਹੋ ਗਏ ਸਰਦਾਰ ਜੀ ਲੈਫਟ ਹੋ ਗਏ ਤੁਸੀਂ ਆ ਰਹੇ ਪਈ ਜੀ ਆਵੇ ਆਉਂਦੇ ਟ੍ਰੈਕਟਰ ਵਿੱਚ ਕਰੋ ਲਿਆ ਲਿਆ ਹਾਂ ਆ ਗਏ ਚੋਬਰੋ ਕਹਿੰਦੇ ਦੁਬਾਰ ਤੋਂ ਆ ਗਏ ਕਹਿੰਦੇ ਕਿੱਥੇ ਆ ਗਏ ਐ ਵੀ ਕਹਿਣ ਲੱਗਦਾ ਜਮਾ ਲੱਗਦਾ ਹਨਾ ਕਹਿੰਦੇ ਜੂਨ ਦੇ ਸਰਵਰ ਚ ਆ ਗਏ ਹੁਣ ਮੇਰਾ ਸਰਵਰ ਨਹੀਂ ਆ ਰਿਹਾ ਇਹ ਤਾਂ ਹਜੇ ਕੁਝ ਵੀ ਨਹੀਂ ਮੈਂ ਕਰਾ ਮੈਂ ਮੋਡੀ ਫਿਰ ਕਰਾ ਦੇ ਹਾਂ ਹਾਂ ਅੱਗੇ ਤੇਰੀ ਮੋਡੀ ਜੋ ਓਏ ਯਾਰ ਬੇਲਾ ਬਣਾਉਣੀਆਂ ਮੈਂ ਛੱਡ ਗਿਆ ਨੇ ਮੈਂ ਆਪਦੀ ਟਰਾਲੀ ਪਾ ਲਿਆ ਮੈਂ ਖਰੀਦ ਕੇ ਜੋ ਨਾਲੇ ਟਰੈਕਟਰ ਮੋਡੀ ਦਾ ਮੋਡੀਫਾਈਡ ਗੱਠਾ ਗਏ ਵੀ ਆ ਓਏ ਬਣਾ ਕੇ ਆਛਾ ਪਹਿਲਾਂ ਵਾਲੀਆਂ ਹੁਣ ਨਹੀਂ ਨਹੀਂ ਹੁਣ ਸਟਰਾਅ ਬਣਦੀ ਹੈ ਇਹਦੇ ਵਿੱਚੋਂ ਸਟਰਾਅ ਨਿਕਲਦੀ ਹੈ ਅੱਜ ਕੱਲ੍ਹ
ਕਹਿੰਦੇ ਦੁਬਾਰ ਤੂੰ ਆ ਗਈ, ਨਵਾਂ ਅਪਡੇਟ ਆਇਆ ਤੈਨੂੰ ਪਤਾ ਨਹੀਂ ਲੱਗਿਆ ਤਾਂ ਗੇਮ ਨਵੀਂ ਖਰੀਦੀ ਹੈ। ਓ ਯਾਰ ਸਿੰਕਰੋਨਾਈਜ਼ਿੰਗ, ਅੱਛਾ ਸਿੱਧੂ ਹੁਣੀ ਆ ਗਏ ਕਹਿੰਦੇ ਦੁਬਾਰੇ। ਓ ਮੇਰੀ 200 ਪਲੱਸ ਹੋ ਗਈ ਇੱਧਰ ਦਾ ਕੋਈ ਚੈੱਕ ਨਹੀਂ ਨਹੀਂ ਕਹਿੰਦੇ ਭਾਈ ਭਾਈ ਸਿੱਧੂ ਨਹੀਂ ਆਏ ਨੇ ਨਾ ਤਾਂ ਕਰਕੇ ਵੀਰੇ ਕਿਸੇ ਨਾ ਕਿਸੇ ਦੇ ਤਾਂ ਅਸਰ ਪਾਉਣ ਗਈ ਉਹ ਪਿੰਗ ਤਾਂ ਖਰਾ ਮੱਲੋ ਮੱਲੀ ਵਧਣੀ ਸੀ ਪਿੰਗ ਤਾਂ, ਹੋਰ ਕਿਸੇ ਨਾ ਕਿਸੇ ਦੇ ਤਾਂ ਇੰਪੈਕਟ ਪਊਗਾ ਹੀ ਉਹਨਾਂ ਦੇ ਆਉਣ ਤਾਂ। ਇਹਨਾਂ 30 ਦੀ ਪੈਂਗ ਆ ਕਹਿੰਦੇ ਮੇਰੇ ਮਿੱਤਰੋ, ਨਾਲੇ ਵਾਈਫਾਈ ਦੀ ਤਾਰ ਵੀ ਨਹੀਂ ਪਈ। ਓਏ ਹੋਏ ਹੋਏ ਉਹ ਪਾਸ ਉਹ ਪਲਟਾ ਉੱਚਾ ਨਹੀਂ ਮੈਂ ਤਾਂ ਹੈ ਨਹੀਂ ਉਹਨੇ ਹੁਣ ਤਾਂ ਹਟਾਤਾ, ਕਿੱਥੇ ਹਟਿਆ ਉਹ ਕਿੱਥੇ ਹਜੇ ਵੀ ਹੈਗਾ ਪਤਾ ਕਿੱਧਰ ਹਟਾ, ਨਹੀਂ ਮੈਂ ਹੁਣ ਕਰਤਾ ਹੁਣ ਦੁਬਾਰ ਤੋਂ ਸਹੀ ਕਰਤਾ ਚੱਕ ਫਿਰ ਚੁਬਰਾ ਨਹੀਂ ਕਰਤਾ ਹੁੰਦਾ ਨਹੀਂ ਹੋਇਆ। ਲੈ ਵੀ ਚੁਬਰੋ ਕਹਿੰਦੇ ਆ ਖੇਤ ਤਾਂ ਕਰਤਾ ਜੇ ਤਿਆਰ ਚੱਕ ਚੱਕ ਕਹਿੰਦੇ ਉੱਚਾ ਨੀਵਾ ਉਹ ਤੇਰੀ ਪਿੰਗ ਕਰਕੇ ਹੋਇਆ ਸੀ ਉੱਚਾ ਨੀਵਾ ਦਾ ਹੁਣ ਕਰਤਾ ਸਾਰਾ ਲੋਟ ਕਰਤਾ ਪਹਿਲਾਂ ਵਰਗੀ ਕਰਤਾ ਉਹਦੀ ਕਰਕੇ ਤਾਂ ਮੈਂ ਲੈਫਟ ਹੋਇਆ ਸੀ।